ਆਮ ਤੁਸੀਂ ਜਨਤਾ ਨੂੰ, ਆਮ ਤੁਸੀਂ ਵਾਰਡ 'ਚ ਜਾਂ ਚਲ ਜਾਓ ਹਲਕੇ 'ਚ ਚਲ ਜਾਓ, ਇਹ ਸਾਰਿਆਂ ਨੂੰ ਪਤਾ ਸੀ। ਮਤਲਬ ਸਾਡਾ ਕੋਈ ਕਸੂਰ ਨਹੀਂ ਹੈ, ਇਹ ਕੁਦਰਤ ਦਾ ਭਾਣਾ ਹੈ, ਕੁਦਰਤ ਵੱਲੋਂ ਹਾਦਸਾ ਹੋਇਆ, ਇਹ ਕਾਲ ਹੀ ਆਇਆ ਸੀ। ਮੈਂ ਅੱਗੇ ਵੀ ਸਾਰਿਆਂ ਨੂੰ ਕਿਹਾ ਸੀ ਕਾਲ ਆਇਆ, ਇਹ ਜਿਹੜਾ ਕੀ ਨਾਮ ਇੱਕਦਮ ਟ੍ਰੈਜਡੀ ਹੋ ਗਈ ਟ੍ਰੇਨ ਦੀ, ਇਹ ਕਿਸੇ ਨੇ ਕੋਈ ਇੰਟੈਂਸ਼ਨ ਥੋੜ੍ਹਾ ਸੀ ਕਿਸੇ ਦੀ, ਇਹ ਮਤਲਬ ਇਹੋ ਜਿਹੀ ਇਹ ਤਾਂ ਪਰਮਾਤਮਾ ਵੱਲੋਂ ਇਹ ਚੀਜ਼ ਹੋ ਗਈ, ਨਾ ਉਹ ਵਿਚਾਰਿਆਂ ਦਾ ਦੋਸ਼ ਸੀ, ਉਹ ਵਿਚਾਰੇ ਇੰਨੀ ਦੁੱਖਦਾਇਕ ਘਟਨਾ, ਵਿਚਾਰੇ ਆਪਣਾ ਪਰਿਵਾਰ ਹੀ ਛੱਡ ਗਏ ਵਿਚਾਰੇ, ਇਹ ਤਾਂ ਬਹੁਤ ਬੁਰਾ ਹਾਲ ਹੋਇਆ। ਪਰ ਜਿਹੜੀ ਇਹ ਰਾਹਤ ਹੈ, ਇਹ ਤਾਂ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਹੈ ਸਾਡੇ 'ਤੇ, ਜਿਹੜੇ ਸ਼ਰਾਰਤੀ ਤੱਤਵ ਸੀ, ਜਿਹੜੇ ਲੀਡਰ ਸੀ ਅਕਾਲੀ ਦਲ ਵਾਲੇ, BJP ਵਾਲੇ ਨਜਾਇਜ਼ ਹੀ ਸਾਡੇ 'ਤੇ ਲੱਗੇ ਸੀ ਜੀ, ਮੈਡਮ ਸਿੱਧੂ ਦੇ ਅਤੇ ਮੇਰੇ 'ਤੇ, ਉਹ ਆਪਣੀ ਲੀਡਰੀ ਚਮਕਾ ਰਹੇ ਸੀ, ਆਪਣੀ ਰੋਟੀਆਂ ਸੇਕ ਰਹੇ ਸੀ, ਅਤੇ ਇਸ ਕਰਕੇ ਇਹ ਜਿਹੜਾ ਜੋ ਹੋਇਆ, ਇਹ ਜਿਹੜਾ ਬੜੀ ਦੁੱਖਦਾਇਕ ਘਟਨਾ ਸੀ ਅਤੇ ਬਹੁਤ ਮਾੜੀ ਗੱਲ ਸੀ। ਚਲੋ ਇਹਦੇ 'ਚ ਜਿਹੜੀ ਰਾਹਤ ਮਿਲ ਗਈ ਹੈ, ਇਹ ਆਪਣੇ ਪਰ ਤੁਸੀਂ ਵੀ ਜਾਣਦੇ ਹੋ ਕਿ ਮੈਂ ਵੀ ਜਾਣਦਾ, ਸਾਰੇ ਲੋਕ ਜਾਣਦੇ ਨੇ, ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਸੂਰ ਨਹੀਂ ਸੀ। ਜਿਹੜੀ ਜੇ ਰਾਜਨੀਤੀ ਕੀਤੀ ਗਈ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਇਹ ਸਿਰਫ ਵਿਕਰਮ ਮਜੀਠੀਆ ਨੇ, ਸੁਖਬੀਰ ਬਾਦਲ ਨੇ ਜਾਂ BJP ਦੇ ਜਿਹੜੇ ਇੱਥੇ ਲੀਡਰ ਸੀ, ਉਹੀ ਆਪਣੀ ਰਾਜਨੀਤੀ ਰੋਟੀਆਂ ਸੇਕਣਾ ਚਾਹੁੰਦੇ ਸੀ ਕਿਸੇ ਤਰੀਕੇ, ਨਵਜੋਤ ਸਿੰਘ ਸਿੱਧੂ ਦਾ ਕੱਦ ਘਟੇ ਅਤੇ ਆਪਾਂ ਕਿਸੇ ਨਾ ਕਿਸੇ ਤਰੀਕੇ ਉਹਨੂੰ ਕੰਮ ਖਰਾਬ ਕਰੀਏ। ਪਰ ਜੋ ਸਿੱਧੂ ਸਾਹਿਬ ਨੇ ਕਰਤਾ, ਜਿਵੇਂ ਗੋਦ ਲੈ ਲਏ, ਸਾਰਾ ਪਰਿਵਾਰ ਲੈ ਲਿਆ, ਬੱਚੇ ਲੈ ਲਏ, ਕੈਪਟਨ ਅਮਰਿੰਦਰ ਸਿੰਘ ਜੀ ਸਾਡੇ CM ਸਾਹਿਬ ਨੇ, ਉਹਨਾਂ ਨੇ ਜਿਹੜੀਆਂ ਆਪਣਾ ਗ੍ਰਾਂਟ ਦੇ ਦਿੱਤੀ 5-5 ਲੱਖ ਰੁਪਇਆ ਹਰ ਪਰਿਵਾਰ ਦੀ, ਉਹਨਾਂ ਦਾ ਪਰ ਘਾਟਾ ਪੂਰਾ ਨਹੀਂ ਹੋ ਸਕਦਾ, ਘਾਟਾ ਨਹੀਂ ਆਪਾਂ ਉਹਨਾਂ ਦਾ ਪੂਰਾ ਕਰ ਸਕਦੇ, ਪਰ ਇਹ ਵੈ ਆਪਾਂ ਉਹਨਾਂ ਦੇ ਨਾਲ, ਕਾਂਗਰਸ ਪਾਰਟੀ, ਸਾਡੇ CM ਸਾਹਿਬ ਸਿੱਧੂ ਸਾਹਿਬ ਹਮੇਸ਼ਾ ਉਹਨਾਂ ਦੇ ਪਰਿਵਾਰਾਂ ਲਈ ਖੜ੍ਹੇ ਨੇ, ਉਹਨਾਂ ਨੂੰ ਨੌਕਰੀਆਂ ਦੇ ਲੱਗੇ ਨੇ, ਉਹਨਾਂ ਹਮੇਸ਼ਾ ਉਹਨਾਂ ਦੇ ਹਮੇਸ਼ਾ ਉਹਨਾਂ ਲਈ ਆਪਾਂ ਖੜ੍ਹੇ ਹਾਂ। ਮੈਂ ਵੀ ਉਹਨਾਂ ਦਾ ਸੇਵਾਦਾਰ ਹਾਂ, ਲੋਕਾਂ ਦਾ, ਮੇਰੇ ਵਾਰਡ ਵਾਲੇ ਬੰਦਿਆਂ ਦਾ, ਸਾਡੇ ਹਲਕੇ ਵਾਲੇ ਬੰਦਿਆਂ ਦਾ, ਆਪਾਂ ਹਮੇਸ਼ਾ ਹੀ ਉਹਨਾਂ ਲਈ ਖਲੋਤੇ ਹਾਂ, ਸਾਡਾ ਪਰਿਵਾਰ ਹੈ ਉਹ ਜੀ। ਲੇਕਿਨ ਉਹਨਾਂ ਨੇ ਕਸੂਰਵਾਰ ਜਿਹੜਾ ਆ ਪੁਲਿਸ ਪ੍ਰਸ਼ਾਸਨ ਨੂੰ ਔਰ ਉੱਥੇ ਦੇ ਨਗਰ ਨਿਗਮ ਨੂੰ ਸਾਰਿਆਂ ਨੂੰ ਕਸੂਰਵਾਰ ਠਹਿਰਾ ਕੇ ਬਣਦੀ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਹੈ ਜੀ। ਦੇਖੋ ਜੀ, ਕਸੂਰਵਾਰ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ, ਜਿਹੜੀ ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ, ਚਲੋ ਉਹ ਪਰਮਾਤਮਾ ਜਾਣਦਾ ਠੀਕ ਹੈ, ਪਰ ਜਿਹੜਾ ਕਸੂਰਵਾਰ ਹੈ, ਤੁਹਾਨੂੰ ਵੀ ਪਤਾ ਕੋਈ ਮੇਰੇ ਹਿਸਾਬ ਨਾਲ ਕੋਈ ਕਸੂਰਵਾਰ ਨਹੀਂ ਹੈ, ਇਹ ਤਾਂ ਟ੍ਰੈਜਡੀ ਹੈ, ਇਹ ਐਕਸੀਡੈਂਟ ਹੈ, ਇਹ ਐਕਸੀਡੈਂਟ ਹੋਇਆ। ਕਿਸੇ ਨੂੰ ਕੋਈ ਪਤਾ ਥੋੜ੍ਹਾ ਸੀ, ਜਾਂ ਪੁਲਿਸ ਵਾਲਿਆਂ ਨੂੰ ਪਤਾ ਸੀ, ਜਾਂ ਕਾਰਪੋਰੇਸ਼ਨ ਨੂੰ ਪਤਾ ਸੀ, ਜਾਂ ਮਿੱਠੂ ਮਦਾਨ ਨੂੰ ਪਤਾ ਸੀ, ਜਾਂ ਮੈਡਮ ਸਿੱਧੂ ਨੂੰ ਪਤਾ ਸੀ ਇਹ ਕੰਮ ਹੋਣਾ, ਇਹ ਤਾਂ ਪਤਾ ਹੀ ਨਹੀਂ ਕਿਸੇ ਨੂੰ। ਇਹ ਪਰਮਾਤਮਾ ਨੂੰ, ਟ੍ਰੇਨ ਆ ਗਈ, ਉਹ ਵਿਚਾਰੇ ਅੱਗੇ ਖੜ੍ਹੇ ਸੀ, ਉਹ ਕੁਚਲੇ ਗਏ ਵਿਚਾਰੇ, ਆਪਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਉਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97-817-71-820।